ਇਹ ਵੀਡੀਓ ਵਰਲਡ ਤੱਕ ਪਹੁੰਚਾ ਦਿਓ, ਜਿਨ੍ਹਾਂ ਦੇ ਉੱਤੇ ਕਾਲਾ ਜਾਦੂ ਹੋ ਚੁੱਕਾ, ਸੁਲੇਮਾਨੀ ਜਾਦੂ ਹੋ ਚੁੱਕਾ। ਲੋਕੀ ਨਜ਼ੂਮੀਆਂ ਦੇ ਕੋਲ ਜਾ ਕੇ ਵਾਰ ਕਰਾਉਂਦੇ ਨੇ, ਲੋਕੀ ਜਾਦੂ ਟੂਣੇ ਕਰਨ ਵਾਲਿਆਂ ਦੇ ਕੋਲ ਜਾ ਕੇ ਵਾਰ ਕਰਾਉਂਦੇ ਨੇ ਇੱਕ ਦੂਜੇ ਦੇ ਉੱਤੇ, ਆਪਣਾ ਕੰਮ ਸਵਾਰਨ ਦੇ ਲਈ ਦੂਜਿਆਂ ਦਾ ਨੁਕਸਾਨ ਕਰਦੇ। ਪਰ ਉਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ, ਉਹ ਇਹ ਸ਼ਬਦ ਦਾ ਜਾਪ ਕਰਨ, ਜਿੱਧਰੋਂ ਵਾਰ ਆਇਆ ਹੋਏਗਾ ਉੱਧਰ ਉਲਟ ਵਾਰ ਹੋ ਜਾਏਗਾ, ਉਹਦੀ ਜੜ੍ਹ ਤੱਕ ਪੁੱਟ ਦਏਗਾ ਜਿੰਨੇ ਵੀ ਤੁਹਾਡੇ ਉੱਤੇ ਜਾਦੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮੇਰੇ ਇਸ ਯੂਟਿਊਬ ਚੈਨਲ 'ਤੇ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ। ਅਕਸਰ ਕਾਲ ਆਉਂਦੇ ਸੀ ਕਿ ਕੋਈ ਐਸਾ ਸ਼ਬਦ ਦਿਓ ਕਿ ਵੀ ਗੁਪਤ ਵਾਰ ਰੁਕ ਜਾਣ। ਅੱਜ ਦਾ ਸ਼ਬਦ ਵੀ ਉਹ ਗੁਪਤ ਵਾਰਾਂ ਨੂੰ ਰੋਕਣ ਦੇ ਲਈ ਹੈ। ਮੈਂ ਜ਼ਿਆਦਾ ਸਮਾਂ ਨਹੀਂ ਲਵਾਂਗਾ ਤੁਹਾਡਾ। ਕਈ ਤਰੀਕਿਆਂ ਦੇ ਨਾਲ ਲੋਕ ਇੱਕ ਦੂਸਰੇ ਦਾ ਨੁਕਸਾਨ ਕਰਨਾ ਚਾਹੁੰਦੇ ਨੇ। ਨਜ਼ੂਮੀਆਂ ਦੇ ਕੋਲ ਜਾਂਦੇ ਨੇ, ਇਲਮਦਾਰ ਬੰਦਿਆਂ ਦੇ ਕੋਲ ਜਾਂਦੇ ਨੇ, ਮੌਲਵੀਆਂ ਦੇ ਕੋਲ ਜਾਂਦੇ ਨੇ, ਪੰਡਤਾਂ ਦੇ ਕੋਲ ਜਾਂਦੇ ਨੇ, ਅਘੋਰੀਆਂ ਦੇ ਕੋਲ ਜਾਂਦੇ ਨੇ, ਅਤੇ ਕਈ ਗੁਪਤ ਸਮਾਜ ਦੇ ਬੰਦਿਆਂ ਦੇ ਕੋਲ ਜਾਂਦੇ ਨੇ ਜੋ ਕਾਲਾ ਜਾਦੂ ਕਰਦੇ ਨੇ, ਕਾਲਾ ਇਲਮ ਕਰਦੇ ਨੇ, ਸੁਲੇਮਾਨੀ ਜਾਦੂ ਕਰਦੇ ਨੇ। ਉਹ ਸਾਰੇ ਜਾਦੂਆਂ ਨੂੰ ਕੱਟ ਦਏਗਾ ਜੋ ਵੀ ਆਪਣੇ ਕੰਮ ਸਵਾਰਨ ਦੇ ਲਈ ਦੂਸਰਿਆਂ ਦੇ ਕੰਮ ਵਿਗਾੜਨਾ ਚਾਹੁੰਦਾ। ਵਾਰ ਕਰਦਾ ਗੁਪਤ, ਪਰ ਸਾਨੂੰ ਪਤਾ ਨਹੀਂ ਲੱਗਦਾ। ਕਿਸੇ ਦੇ ਉੱਤੇ ਜਾਦੂ ਕਰ ਦਿੰਦਾ ਪਰ ਫਿਰ ਵੀ ਸਾਨੂੰ ਪਤਾ ਨਹੀਂ ਲੱਗਦਾ। ਇਹ ਸ਼ਬਦ ਉਹਨਾਂ ਜਾਦੂਗਰਾਂ ਦੀ ਜੜ੍ਹ ਪੁੱਟ ਦੇਗਾ। ਇਹ ਸ਼ਬਦ ਕੀਤੇ ਹੋਏ ਗੁਪਤ ਵਾਰਾਂ ਨੂੰ ਉਹਨਾਂ ਵੱਲ ਹੀ ਭੇਜ ਦਏਗਾ ਜਿੱਧਰੋਂ ਗੁਪਤ ਵਾਰ ਆਏ ਨੇ। ਇਹ ਮੇਰੀ ਗੱਲ ਧਿਆਨ ਨਾਲ ਸੁਣ ਲਓ, ਪੂਰੇ ਵਰਲਡ ਦੇ ਵਿੱਚ ਪਹੁੰਚਾ ਦਿਓ। ਸਲੋਕ ਮਹੱਲਾ ਚੌਥਾ, ਹਰ ਜਨ ਹਰ ਹਰ ਚਾਹੁੰਦਿਆ ਸਰ ਸੰਧਿਆ ਗਾਵਾਰ, ਨਾਨਕ ਹਰ ਜਨ ਹਰ ਲਿਵੇ ਉਭਰੇ ਜਿਨ ਸੰਧਿਆ ਤਿਸ ਫਿਰ ਮਾਰ। ਇਹ ਸ਼ਬਦ ਦਾ ਜਾਪ 2000 ਵਾਰ ਕਰਨਾ ਜਦ ਤੁਹਾਨੂੰ ਲੱਗੇ ਕਿ ਤੁਹਾਡੇ ਉੱਤੇ ਕਿਸੇ ਨੇ ਜਾਦੂ ਕੀਤਾ, ਸੁਲੇਮਾਨੀ ਇਲਮ ਕੀਤਾ, ਕੋਈ ਗੁਪਤ ਵਾਰ ਕੀਤਾ। ਉਹ ਜਿੰਨੇ ਵੀ ਵਾਰ ਕੀਤਾ ਹੋਏਗਾ ਉਹਦੇ ਵਾਰ ਉਲਟ ਵਾਰ ਹੋ ਜਾਏਗਾ ਅਤੇ ਉਹਦੀ ਜੜ੍ਹ ਪੁੱਟੀ ਜਾਏਗੀ, ਉਹਦਾ ਵਾਰ ਵੀ ਉਹਦੇ ਕੋਲ ਚਲਾ ਜਾਏਗਾ ਅਤੇ ਉਹ ਜਿਹਦੇ ਕੋਲ ਵੀ ਵਾਰ ਕਰਾ ਰਿਹਾ ਉਸ ਬੰਦੇ ਦੀ ਜੜ੍ਹ ਪੁੱਟ ਕੇ ਰੱਖ ਦੇਗਾ। ਇਹ ਸ਼ਬਦ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ। ਹਰ ਜਨ ਹਰ ਹਰ ਚਾਹੁੰਦੇ ਆ ਸਰ ਸੰਧਿਆ ਗਾਵਾਰ, ਨਾਨਕ ਹਰ ਜਨ ਹਰ ਲਿਵੇ ਉਭਰੇ ਜਿਨ ਸੰਧਿਆ ਤਿਸ ਫਿਰ ਮਾਰ। ਇਹ ਸ਼ਬਦ ਦਾ ਜਾਪ ਰੱਖੋ, ਚਾਹੇ ਅੰਮ੍ਰਿਤ ਵੇਲੇ ਕਰ ਲਓ, ਚਾਹੇ ਜਦੋਂ ਮਰਜ਼ੀ ਕਰ ਲਓ, 2000 ਵਾਰ ਇਸ ਦਾ ਜਾਪ ਕਰਨਾ। ਤਕਰੀਬਨ ਇਸ ਦਾ ਜਾਪ ਰੱਖੋ ਜਦੋਂ ਵੀ ਤੁਹਾਨੂੰ ਲੱਗੇ ਕਿ ਗੁਪਤ ਵਾਰ ਹੋਣ ਲੱਗਾ, ਅਤੇ ਸਾਰਿਆਂ ਨੂੰ ਗੁਪਤ ਵਾਰ ਹੋਣ ਤੋਂ ਬਚਾ ਦੇਗਾ, ਜਾਦੂ ਹੋਣ ਤੋਂ ਬਚਾ ਦੇਗਾ, ਜਾਦੂ ਟੂਣੇ ਤੋਂ ਬਚਾ ਦੇਗਾ। ਇਹ ਐਸਾ ਸ਼ਬਦ ਹੈ, ਐਸੀ ਪਾਵਰ ਰੱਖਦਾ। ਕਈ ਸ਼ਬਦ ਨੇ ਐਸੀ ਪਾਵਰ ਰੱਖਦੇ ਨੇ ਕਿਉਂਕਿ ਸ਼ਬਦਾਂ ਦੇ ਵਿੱਚ ਆਪਣੀ ਊਰਜਾ। ਜੇਕਰ ਕੋਈ ਕਿਸੇ ਦੇ ਵੱਲ ਜਾਦੂ ਮੰਤਰ ਦੇ ਨਾਲ ਕੋਈ ਪ੍ਰਭਾਵ ਕਰ ਰਿਹਾ, ਉਹ ਹਵਾ ਹੀ ਹੁੰਦੀ ਹੈ, ਹਵਾ ਭੇਜ ਦਿੰਦਾ। ਜਿਵੇਂ ਹੁਣ ਹਵਾ ਚੱਲ ਰਹੀ ਹੈ, ਉਹ ਹਵਾ ਹੀ ਚਲੀ ਜਾਂਦੀ ਹੈ। ਹਵਾ ਨੂੰ ਕੋਈ ਵੀ ਦੁਬਾਰਾ ਨਹੀਂ ਰੋਕ ਸਕਦੀਆਂ, ਬਸ ਹਵਾ ਨੂੰ ਥੋੜ੍ਹੀ ਜਿਹੀ ਵਿੱਥ ਚਾਹੀਦੀ ਹੁੰਦੀ ਹੈ ਅੰਦਰ ਵੜਨ ਦੇ ਲਈ। ਅਤੇ ਇਸ ਵਾਸਤੇ ਜਿਨ੍ਹਾਂ ਦੇ ਉੱਤੇ ਵੀ ਗੁਪਤ ਵਾਰ ਹੋ ਰਹੇ ਨੇ ਜਾਂ ਹੋ ਚੁੱਕੇ ਨੇ, ਕਿਸੇ ਵੀ ਵਰਨ ਦਾ ਬੰਦਾ ਹੋਵੇ, ਧਰਮ ਦਾ ਬੰਦਾ ਹੋਵੇ, ਮਜ਼ਹਬ ਦਾ ਬੰਦਾ ਹੋਵੇ, ਕੋਈ ਪਰਵਾਹ ਕਰਨ ਦੀ ਲੋੜ ਨਹੀਂ। ਇਹ ਵੀਡੀਓ ਵਰਲਡ ਤੱਕ ਪਹੁੰਚਾ ਦਿਓ, ਜਿਨ੍ਹਾਂ ਦੇ ਉੱਤੇ ਕਾਲਾ ਜਾਦੂ ਹੋ ਚੁੱਕਾ, ਸੁਲੇਮਾਨੀ ਜਾਦੂ ਹੋ ਚੁੱਕਾ, ਲੋਕੀ ਨਜ਼ੂਮੀਆਂ ਦੇ ਕੋਲ ਜਾ ਕੇ ਵਾਰ ਕਰਾਉਂਦੇ ਨੇ, ਲੋਕੀ ਜਾਦੂ ਟੂਣੇ ਕਰਨ ਵਾਲਿਆਂ ਦੇ ਕੋਲ ਜਾ ਕੇ ਵਾਰ ਕਰਾਉਂਦੇ ਨੇ ਇੱਕ ਦੂਜੇ ਦੇ ਉੱਤੇ, ਆਪਣਾ ਕੰਮ ਸਵਾਰਨ ਦੇ ਲਈ ਦੂਜਿਆਂ ਦਾ ਨੁਕਸਾਨ ਕਰਦੇ ਨੇ, ਪਰ ਉਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ। ਉਹ ਇਹ ਸ਼ਬਦ ਦਾ ਜਾਪ ਕਰਨ, ਜਿੱਧਰੋਂ ਵਾਰ ਆਇਆ ਹੋਏਗਾ ਉੱਧਰ ਉਲਟ ਵਾਰ ਹੋ ਜਾਏਗਾ, ਉਹਦੀ ਜੜ੍ਹ ਤੱਕ ਪੁੱਟ ਦਏਗਾ ਜਿੰਨੇ ਵੀ ਤੁਹਾਡੇ ਉੱਤੇ ਜਾਦੂ ਕੀਤਾ। ਇਹ ਮੇਰੀ ਗੱਲ ਸੁਣ ਲਓ। ਸਲੋਕ ਮਹੱਲਾ ਚੌਥਾ, ਮੈਂ ਫਿਰ ਇੱਕ ਦਫਾ ਅਰਜ਼ ਕਰਦੇ ਹਾਂ। ਹਰ ਜਨ ਹਰ ਹਰ ਚਾਹੁੰਦੇ ਆ ਸਰ ਸੰਧਿਆ ਗਾਵਾਰ, ਨਾਨਕ ਹਰ ਜਨ ਹਰ ਲਿਵੇ ਉਭਰੇ ਜਿਨ ਸੰਧਿਆ ਤਿਸ ਫਿਰ ਮਾਰ। ਇਹਦਾ 2000 ਵਾਰ ਜਾਪ ਕਰੋ,
ਤੁਹਾਡੇ ਸਾਰੇ ਜਾਦੂ ਮੰਤਰ ਟੂਣੇ ਟੋਟਕੇ ਜੋ ਵੀ ਤੁਹਾਡੇ ਉੱਤੇ ਕੀਤੇ ਹੋਏ ਨੇ ਸਭ ਭੱਜ ਜਾਣਗੇ, ਜੜ੍ਹਾਂ ਪੁੱਟ ਕੇ ਰੱਖ ਦੇਗਾ ਇਹ ਸ਼ਬਦ ਉਹਨਾਂ ਦੀਆਂ। ਇਹ ਮੇਰੀ ਗੱਲ ਦਾ ਯਕੀਨ ਕਰੋ।